ਮੜਾ ਪੇ ਲੋ ਬਾਹਰ ਨੂੰ ਚੜਨਾ ਲੱਗਦਾ ਨਾ ਫੋਟੋ ਵੀ ਜੋੜ ਬਣਾ ਫੋਟੋ ਵੀ ਬੋਲੇ ਸੋਨਿਹਾ इत आ जाओ इत बन की लग रहा थोड़ा जी भरा थोड़ा वाह भाई तेरे की हाल ने भाई ठीक है कि तेन इत बन्या हो गल होगी लैटरिन बाथरूम कितने जाना है रास्ता तुर के आए गड्डियां सानू पिछे खड़ोनियां पईयां तो उत्थों पता लग गया किसी तरीके परिवार नूं ते उन्होंने उपर फटिया हुआ कंबल आ जिहड़ा देता ते आ वीर तुसीं आ देखो बन्निया किस तरीके नाल आ गया किन्ना टाइट हथ गुट दे विच जख्मां दे पुराने निशान भी है किद्दां टाइट होया होया जी सारा हथ ते किद्दां सौंदा हो किद्दां कालू किन्ना टाइम हो गया भी ने तैनू आ देखो कन्ना नूं टॉयलेट लगी हुई है जी ते इत्थे ही टॉयलेट करदा तां मंजा भी सारा तुसीं देख सकदे हो किद्दां लिबड़िया होया ते टुट्टिया होया ते ओ देखो थल्ले किस तरीके नाल भांडे ते पेशाब लैटरिन ਇੱਥੇ ਪਈ ਆ ਵੀਰ ਦੀ ਇਹਦਾ ਨਾਮ ਵੀ ਤੇਰਾ ਨਾਮ ਕੀ ਆ ਮੇਰਾ ਕਾਲੂ ਹੈ ਪੂਰਾ ਨਾਮ ਗੁਰਪਾਲ ਸਿੰਘ ਗੁਰਪਾਲ ਸਿੰਘ ਕਾਲੂ ਕਿੰਨਾ ਟਾਈਮ ਹੋ ਗਿਆ ਤੈਨੂੰ ਸੰਗਣ ਲੱਗੇ ਨੂੰ ਵੀਰ ਇਹ ਤਾਂ ਹੁਣ ਤੁਹਾਨੂੰ ਪਤਾ ਹੋਣਾ ਜਿੱਦਾਂ ਇਹਨਾਂ ਨੇ ਬੰਨਿਆ ਤਾਂ ਮੇਰੇ ਭਰਾ ਨੇ ਚਾਹ ਪੀਉਂਗੇ ਵੀਰ ਇਹਨੇ ਭਰਾ ਨੇ ਬੰਨਿਆ ਤਾਂ ਕਾ ਤੋਂ ਬੰਨਿਆ ਪ੍ਰੇਮ ਸਿੰਘ ਨਾਲ ਤੇ ਜੀ ਕਾ ਪ੍ਰੇਮ ਸਿੰਘ ਨਾਲ ਤੇ ਪ੍ਰੇਮ ਸਿੰਘ ਨਾਲ ਪ੍ਰੇਮ ਸਿੰਘ ਨਾਲ ਇਹ ਉਹ ਦੇਖੋ ਜੀ ਸੰਗਣ ਤੁਸੀਂ ਬੈਠ ਕੇ वाहिगुरु जी का खालसा वाहिगुरु जी की फतेह जी ये साडा गुरपाल सिंह कालू है बाई सरसा नंगल पिंड है जी आनंदपुर साहब दे कोले जी रोपड़ डिस्ट्रिक्ट है ना जिला रोपड़ा ना कालू तो कालू वीरा वो पिंड दा वसनीक आ जिथे गुरु साहब दे बच्चियां दा विछोड़ा पिया सी जिथे विछोड़ा साहब गुरद्वारा साहब बनिया सरसा नंगल तो उस पिंड दे विच वीर जिवें तुसीं मूहरे तस्वीरां देख के हटे हो वीडियो दे राहीं भी वीरे नूं गुरपाल सिंह कालू लादी वीर नूं संगल नाल बन्न के कमरे दे विच इक उपर शैड पाया सी छोटा जिहा लोहे दीआं चादरां पा के जिथे डंगरां वास्ते जगह बनी हुई सी उत्थे खूंजे दे विच इक निक्का जिहा खुड्डा बना के उहदे च बन्निआ होइआ सी देखो इत्थे जिहा डंगर बन्ने होइआ वीर नूं वीरे आ जा माड़ा जिहा वापस की गल फिर हुण कोई दवाई दिने कितना टाइम हो गया दवाई नहीं चलदी जी जसवीर सिंह जिने करीब तीन साढ़े तीन साल कालू वीर नूं गुरपाल सिंह कालू वीर नूं संगल नाल बन्न के रख्या क्यों क्योंकि ये वीर सिर्फ इस करके इनू कमला कहा जाता सी
ਵੀ ਇਹਦੀ ਮੰਮੀ ਦੀ ਡੈਥ ਹੋ ਗਈ ਸੀ। ਮਾਂ ਦੀ ਮੌਤ ਤੋਂ ਬਾਅਦ ਕਾਲੂ ਕਹਿ ਰਿਹਾ ਸੀ ਮੇਰਾ ਵਿਆਹ ਕਰ ਦਿਉ, ਵੀ ਮੇਰਾ ਘਰ ਵਸਾ ਦਿਉ। ਅਤੇ ਲੋਕ ਇਹਨੂੰ ਸ਼ਰੀਕ ਕਹਿਣ ਲੱਗ ਗਏ ਸੀ ਵੀ ਭਰਾ ਨੇ ਤੇਰਾ ਵਿਆਹ ਨਹੀਂ ਕਰਨਾ, ਤੈਨੂੰ ਹੁਣ ਐਂ ਛੜੇ ਨਹੀਂ ਮਾਰਨਾ, ਤੇਰਾ ਵਿਆਹ ਨਹੀਂ ਕਰਨਾ। ਅਤੇ ਇਸ ਗੱਲ ਪਿੱਛੇ ਗੁਰਪਾਲ ਸਿੰਘ ਘਰ ਥੋੜ੍ਹਾ ਲੜਾਈ ਝਗੜਾ ਕਰਨ ਲੱਗ ਗਿਆ, ਕਲੇਸ਼ ਕਰਨ ਲੱਗ ਗਿਆ ਵੀ ਮੇਰਾ ਵਿਆਹ ਕਰੋ। ਤਾਂ ਉਹਨਾਂ ਨੇ ਇਹਦੇ ਨਾਲ ਲੜਾਈ ਝਗੜਾ ਕਰਨ ਲੱਗ ਗਏ, ਕੁੱਟਣ ਮਾਰਨਾ ਸ਼ੁਰੂ ਕਰਤਾ। ਅਤੇ ਜਦੋਂ ਇਹ ਕੁੱਟਣ ਮਾਰਨ ਲੱਗ ਗਿਆ ਤਾਂ ਇਹਨੂੰ ਕਮਲਾ ਕਮਲਾ ਕਹਿ ਕੇ ਸੰਗਲ ਨਾਲ ਬੰਨਤਾ ਜੀ। ਲਿਆਓ ਫੈਲ ਜੀ, ਆ ਜਾਓ ਭੈਣੇ, ਆ ਜਾਓ ਅੱਗੇ, ਆ ਜਾਓ ਭੈਣ ਕੋਈ, ਆ ਜਾਓ ਅੱਗੇ, ਆ ਜਾਓ ਭੈਣੇ ਅੱਗੇ। ਨਹੀਂ ਬਸ ਮੈਂ ਅੱਗੇ ਨਹੀਂ ਆਉਣਾ ਹੈਗਾ, ਅਸੀਂ ਵੀ ਕਬੀਲਦਾਰ। ਠੀਕ ਹੈ ਭੈਣੇ, ਪਹਿਲਾ ਨੰਬਰ ਇਹਦੇ ਗੱਲ ਇਹਨਾਂ ਦੇ, ਇਹਦੇ ਨਾਲ ਜ਼ਮੀਨ, ਠੀਕ ਹੈ, ਕਲੈਸ਼ਰ ਇਹਦੇ ਨਾਲ 10 ਲੱਖ ਵੀਰੇ। ਜਸਵੀਰ ਸਿੰਘ ਜੀ ਆ ਜਾ, ਖੜ ਜਾ ਇੱਕ ਮਿੰਟ ਹੋਣਾ। ਤੁਸੀਂ ਜਦ ਪਹਿਲਾਂ ਵੀਡੀਓ ਦੇਖੀ ਉਹਦੇ ਵਿੱਚ ਇਹਦੀ ਭੈਣ ਨੇ ਕਿਹਾ ਵੀ ਮੈਂ ਇਹਦੀ ਦੇਖਭਾਲ ਕਰਨੀ। ਹਾਂਜੀ ਪਰਚਾ ਦਰਜ ਕਰਾਇਆ ਨੀ ਜਿਹਨਾਂ ਨੇ ਕੁੱਟਿਆ। ਵੀਰੇ ਆ ਜਾ ਇੱਕ ਮਿੰਟ, ਤਸਵੀਰ ਵੀਰੇ ਬਹੁਤ ਅਖੜੇ ਵੀਰੇ, ਜਿਹੜੇ ਬੰਦਿਆਂ ਨੇ ਕੁੱਟਿਆ ਸੀ ਜਿਹਨਾਂ ਨੇ ਕੁੱਟਣ ਦਾ ਕਮਲਾ ਹੋਇਆ ਤੁਸੀਂ ਕਹਿੰਦੇ ਹੋ? ਹਾਂਜੀ। ਕਿੱਥੇ 6:30 ਸਿਰ ਚੇ ਰਹੇ ਕਿਤੇ ਪਤਾ ਨਹੀਂ ਸੀ, ਐਂ ਜਿਹਨੇ ਕੁੱਟਿਆ ਸੀ ਨਹੀਂ, ਕੰਨ ਟਾਂਕੇ ਲੱਗੇ ਸੀ ਕੋਈ ਸਿਰ ਚੇ ਦੇ? ਜ਼ਿੰਮੇਵਾਰੀ ਲਈ ਉਹਨੇ, ਪਰ ਭੈਣ ਮੇਰੀ ਤੁਹਾਡੀ ਕੀ ਜ਼ਿੰਮੇਵਾਰੀ ਬਣਦੀ ਆ? ਤੁਹਾਡੇ ਘਰ ਵਾਲੇ ਨੂੰ ਅੱਜ ਐ ਹੋ ਜਾਵੇ ਕੀ ਤੁਸੀਂ ਇਹਨੂੰ ਸੰਗਣ ਲਾ ਕੇ ਪਠਾਨ ਦੇ ਬੰਦ ਹੋਗੇ? ਮੇਰੇ ਵਿਆਹ ਨੂੰ 7 ਸਾਲ ਹੋ ਗਏ ਨੂੰ ਘਰਾਂ ਬੈਠੇ ਨੂੰ, ਮੈਂ ਗਾਇਆਂ ਦੇ ਸਿਰ ਉੱਤੇ ਖਰਚਾ ਕਰਦੀ ਭੈਣ ਮੇਰੀ। ਹੁਣ ਤੁਸੀਂ ਇਹਨਾਂ ਨਾਲ ਵੀਰ ਨਾਲ ਗੱਲ ਕਰੋ, ਜਸਵੀਰ ਨਾਲ, ਤੁਸੀਂ ਜਿਹਨੂੰ ਰਿਸ਼ਤੇਦਾਰ ਨੂੰ ਕਿਹਨੂੰ ਬੁਲਾਉਣਾ ਬੁਲਾ ਲਓ, ਅਸੀਂ ਇਹਨੂੰ ਟ੍ਰੀਟਮੈਂਟ ਲਈ ਲੈ ਕੇ ਚੱਲੇ ਆ, ਤੁਸੀਂ ਵੀਰ ਨੂੰ ਨਾਲ ਭੇਜੋ, ਅਸੀਂ ਇਲਾਜ ਕਰਾਂਗੇ। ਸਾਡਾ ਕੋਣ ਕੁੜੀ ਨੇ ਸਾਲ ਹੋਇਆ ਨਾ ਸਾਨੂੰ, ਦਸੰਬਰ ਦੀ 28 ਤਰੀਕ ਨੂੰ। ਪਰ ਭੈਣ ਮੇਰੀ ਇਹ ਸੰਗਲ ਨਾਲ ਤੁਸੀਂ ਨਹੀਂ ਬੰਨ ਸਕਦੇ ਕਿਸੇ ਨੂੰ ਜੀ, ਮੈਂ ਕੋਈ ਗੱਲ ਕਰਾਂ ਮੇਰੀ, ਤੁਸੀਂ ਭੈਣ ਆ ਰਹੇ ਹੋ, ਤੁਸੀਂ ਸੰਗਲਾਂ ਨਾਲ ਬੰਨ ਨਹੀਂ ਸਕਦੇ। ਤੁਸੀਂ ਵੀ ਲਿਖ ਕੇ ਦੇ ਦਿਓ 20%। ਕੌਣ ਲਿਖ ਕੇ ਦੇ ਸਕਦਾ ਜੀ, ਉਹਦੇ ਜ਼ਿੰਮੇਵਾਰੀ ਨਹੀਂ ਕੋਈ ਹੈਗਾ, ਤੁਸੀਂ ਕੌਣ ਜੋ 5 ਸਾਲ ਤੁਸੀਂ ਮੈਨੂੰ ਲਿਖ ਕੇ ਦਿਓ, ਤੁਸੀਂ 5 ਸਾਲ ਉਹਨੂੰ ਸੰਗਲ ਨਾਲ ਬੰਨ ਕੇ ਰੱਖਿਆ, ਉਹਦਾ ਤੁਸੀਂ ਖਮਿਆਜ਼ਾ ਭੁਗਤਦੇ ਹੋ, ਭਰਦੇ ਹੋ ਉਸ ਚੀਜ਼ ਦਾ? ਤੁਸੀਂ 5 ਦਿਨ ਬੰਨ ਕੇ ਰੱਖੀ, ਤੁਹਾਨੂੰ ਕਿਸੇ ਨੂੰ ਵੀ ਤੁਹਾਡੇ ਘਰ ਵਾਲੇ ਨੂੰ 5 ਦਿਨ ਲਈ ਬੰਨ ਦੀਏ, ਕੀ ਤੁਸੀਂ ਇਹ ਮੰਨਦੇ ਹੋ? ਬੰਨਿਆ ਜਾਊਗਾ? ਕਮਲੇ ਹੋਏ ਨੇ ਤੁਹਾਨੂੰ ਉਹ ਬੰਨ ਕੇ ਰੱਖਦਾ ਕੀ ਸੀ ਫਿਰ? ਬਾਈ ਜੀ ਜਾਇਜ਼ ਗੱਲ ਕਰੋ ਯਾਰ, ਤੁਸੀਂ ਬੰਦਿਆਂ ਵਾਲੀ ਗੱਲ ਕਰੋ, ਮਿਹਨਤੀ ਆ। 3.5 ਸਾਲ ਕਰੀਬ ਵੀਰ ਇਹ ਸੰਗਲ ਨਾਲ ਬੰਨਿਆ ਰਿਹਾ, ਕਰੋੜਾਂ ਦੀ ਜ਼ਮੀਨ ਜਾਇਦਾਦ ਦੇ ਮਾਲਕ ਗੁਰਪਾਲ ਸਿੰਘ ਕਾਲੂ ਵੀਰ ਦੇ ਖੇਤ ਦੇ ਵਿੱਚ ਕਰੈਸ਼ਰ ਲਾਇਆ ਹੋਇਆ ਸੀ ਉਹਨਾਂ ਨੇ, ਕਿਉਂਕਿ ਰੋਪੜ ਏਰੀਏ 'ਚ ਉੱਥੋਂ ਬਜਰੀ ਨਿਕਲਦੀ ਹੈ, ਕਰੈਸ਼ਰ ਨਿਕਲਦਾ ਖੇਤਾਂ ਦੇ ਵਿੱਚੋਂ ਜਿਹੜਾ ਕਿ ਕਰੋੜਾਂ ਦਾ ਵਿਕਦਾ। ਪਹਿਲਾਂ ਤਾਂ ਭਰਾਵਾਂ ਨੇ ਆਪਦਾ ਕਰੈਸ਼ਰ ਖਾਧਾ ਪੱਟ ਕੇ ਵੱਢ ਕੇ, ਫਿਰ ਜਦੋਂ ਆਪਦਾ ਖਤਮ ਹੋ ਗਿਆ ਫਿਰ ਇਹਦੇ ਵਾਲੇ ਖੇਤ 'ਚ ਲਾ ਲਿਆ ਕਰੈਸ਼ਰ, ਕਰੋੜਾਂ ਦਾ ਕਰੈਸ਼ਰ ਵੇਚਤਾ, ਇਹਨੂੰ ਸੰਗਲ ਨਾਲ ਘਰੇ ਬੰਨ ਕੇ ਰੱਖਿਆ ਹੋਇਆ ਸੀ। ਦੁੱਖ ਇਸ ਗੱਲ ਦਾ ਨਹੀਂ ਹੈਗਾ ਵੀ ਕਾਲੂ ਵੀਰ ਨੂੰ ਦਾ ਕਰੈਸ਼ਰ ਕੱਢ ਕੇ ਖਾ ਲਿਆ ਕਰੋੜਾਂ ਦਾ, ਦੁੱਖ ਇਸ ਗੱਲ ਦਾ ਵੀ ਇਹਨੂੰ ਸੰਗਲ ਨਾਲ ਬੰਨ ਕੇ ਰੱਖਿਆ, ਇਹਨੂੰ ਕੁੱਟਮਾਰ ਕੀਤੀ ਗਈ, ਉੱਪਰੋਂ ਇਹਦੇ ਮਾਂ ਦੇ ਜਾਣ ਤੋਂ ਬਾਅਦ ਇਹਨੂੰ ਹੌਸਲੇ ਦੀ, ਭਰਾ ਦੇ ਸਾਥ ਦੀ ਲੋੜ ਸੀ, ਭਰਜਾਈ ਦੇ ਸਾਥ ਦੀ ਲੋੜ ਸੀ, ਇੱਕ ਮਾਂ ਵਰਗਾ ਹੱਥ ਹੁੰਦਾ ਵੱਡੀ ਭਾਬੀ ਦਾ, ਅਤੇ ਇਹਨੂੰ ਬੰਨ ਦਿੱਤਾ ਗਿਆ। ਫਿਰ ਕਾਲੂ ਨੂੰ ਬੰਨਣਾ ਤਾਂ ਬੰਨਣਾ ਹੀ ਸੀ ਜੋ ਬੰਨਿਆ, ਪਰ ਜਦੋਂ ਸਾਨੂੰ ਪਤਾ ਲੱਗਿਆ ਸੀ ਲੈਣ ਗਏ, ਸਾਡੇ ਨਾਲ ਵੀ ਬੜੀ ਬਹਿਸਬਾਜ਼ੀ ਹੋਈ, ਬੜੀ ਮੁਸ਼ਕਲ ਨਾਲ ਅਸੀਂ ਉੱਥੋਂ ਕਾਲੂ ਵੀਰ ਨੂੰ ਸੰਗਲ ਵੱਢ ਕੇ ਕਿੱਦਾਂ ਆਰੀ ਦੇ ਨਾਲ ਤੁਸੀਂ ਦੇਖਿਆ ਲੈ ਕੇ ਆਏ, ਅਤੇ ਫਿਰ ਕਾਲੂ ਵੀਰ ਨੂੰ ਆਇਆ ਨੂੰ ਵੀ 4 ਸਾਲ ਤੋਂ ਉੱਪਰ ਸਮਾਂ ਬੀਤ ਗਿਆ, 5/11/2017, 5/11/2018, 5/11/2019, 5/11/2020,
5/11/2021 ते हुण 22 चल पिया। देखो कोई मिलने नहीं आया अज तक, कदे भरा कदे भरजाई ने आके पिछे ये भी नहीं पुछया भी गुरपाल सिंह तू किवें आ, कोई नवा साल, कोई लोहड़ी, कोई दिवाली, कोई रखड़ी ते भैन भरा कोई भी नहीं। तां इत्थों आपां अंदाजा ला सकदे हां भी अज दा भरा, अज दा जिहड़ा साडा खून आ उह किन्ना चिट्टा होई जांदा, अज दा भरा भरा दा वैरी होया बैठा पैसे प्रॉपर्टियां दे पिछे। तुसीं आस पास अपने ख्याल रख्या करो, इदां दे गुरपाल सिंह कालू वर्गे वीर बहुत ने जिहड़े तुहाडे आंढ गुआंढ भी होणगे, ते अरदास करिओ साडे गुरपाल सिंह कालू वीर दी आने वाली जिंदगी वास्ते वाहिगुरु कृपा करन, सच्चे पातशाह वीर अपना घर बसा सके, अपनियां वो सदरां पूरियां कर सके जो कालू दे मम्मी ने ज्यौंदे जी ये वीर दे लई सुपने देखे सी। इहदे भरावां नूं भी बेनती आ बई साडी हथ जोड़ के यार मिल के जाया करो बई, हुण जमा ठीक आ गुरपाल सिंह वीर, बस तुहाडे साथ दी लोड़ आ। जे तुसीं साथ दे दो, जिहड़ी 5% कमी कितें ना कितें हैगी आ उह तुहाडे प्यार ने तुहाडे इमोशनस ने ठीक करनी आ। साडे नाल वीरा सेवा कराउंदा, साडे नाल वीरा आथन सवेर सेवा कराउंदा, गुरु घर दे विच पाठ करदा, नाम जपदा। कालू वीरे किवें फिर? ठीक है जी। कालू वीरे जदों तू किन्ना पढ़िया होया वीरे? 8 फेल है जी। 8 फेल आ, किहड़े स्कूल च पढ़िया सी तू? मैं सरकारी सीनियर सैकेंडरी स्कूल पढ़िया। कित्थे, किहड़े पिंड? सरसा नगर। ਤੁਹਾਡੇ ਪਿੰਡ ਦੀ ਸਰਸਾ ਨੰਗਲ? ਕਿੰਨੇ ਭਰਾ ਵਾ ਕਾਲੂ ਵੀਰੇ ਤੁਸੀਂ? ਦੋ ਹੈ ਜੀ। ਦੂਜੇ ਦਾ ਕੀ ਨਾਮ ਭਰਾ ਦਾ? ਨਾ ਜੱਸੀ ਹੈ ਜੀ। ਜਸਵੀਰ ਸਿੰਘ ਜੱਸੀ, ਹੈ ਨਾ। ਅਤੇ ਤੇਰੀ ਮੰਮੀ ਦਾ ਕੀ ਨਾਂ ਸੀ? ਮੰਮੀ ਦਾ ਕੀ ਨਾਂ ਸੀ ਵੀਰੇ? ਗੁਰਮੇਲ ਕੌਰ। ਗੁਰਮੇਲ ਕੌਰ। ਡੈਡੀ ਦਾ ਕੀ ਨਾਂ ਸੀ? ਭਜਨ ਸਿੰਘ। ਭਜਨ ਸਿੰਘ। ਮੈਂ ਡੈਥ ਹੋ ਗਈ ਸੀ ਮੇਰੇ ਪਹਿਲਾਂ ਹੀ। ਅੱਛਾ, ਕਿੱਡਾ ਸੀ ਤੂੰ ਉਦੋਂ ਜਦੋਂ ਡੈਡੀ ਡੈਥ ਹੋਈ? ਛੋਟਾ ਹੀ ਸੀਗਾ। ਤੂੰ ਕੰਮ ਕੀ ਕਰਦਾ ਸੀਗਾ ਕਾਲੂ ਵੀਰੇ? ਮੈਂ ਆਟੇ 'ਤੇ ਲੱਗਿਆ ਬਸ ਜੀ, ਭਾਂਡੇ ਮਾਂਜਦਾ ਸੀ। ਭਾਂਡੇ ਮਾਂਜਦੇ? ਉਸ ਤੋਂ ਪਹਿਲਾਂ? ਪੈਟਰੋਲ ਪੰਪ 'ਤੇ ਰਿਹਾ 2 ਸਾਲ। ਉੱਥੇ ਕੀ ਕੰਮ ਕਰਦੇ? ਪੈਟਰੋਲ ਪੰਪ ਕਨੈਕਟਰ ਸੀ। ਕਨੈਕਟਰ ਕਰਦਾ? ਕਨੈਕਟਰ ਸੀਗਾ, ਟੈਂਕਰ ਦਾ ਕਨੈਕਟਰ ਸੀਗਾ, ਜਿਹੜਾ ਡੀਜ਼ਲ ਵਾਲਾ ਕਨੈਕਟ ਟੈਂਕਰ ਹੁੰਦਾ ਵੱਡਾ, ਹੈ ਨਾ। ਉਹ ਮੰਨ ਲਓ ਉੱਥੋਂ ਕਿੱਥੋਂ ਲਿਆਉਂਦੇ ਸੀ ਭਰ ਕੇ ਉਹਨੂੰ? ਸੰਗਰੂਰ ਤੋਂ ਜੀ। ਸੰਗਰੂਰ ਤੋਂ ਭਰ ਕੇ ਲਿਆਉਂਦੇ ਸੀ, ਤੂੰ ਨਾਲ ਜਾਂਦਾ ਹੁੰਦਾ ਸੀ? ਠੀਕ ਹੈ ਕਾਲੂ ਵੀਰੇ, ਜਦੋਂ ਤੁਹਾਡੀ ਜ਼ਮੀਨ ਕਿੰਨੀ ਆ? 7 ਕਿੱਲੇ ਆ ਜੀ। 7 ਕਿੱਲੇ ਤੁਹਾਡੇ ਦੋਨਾਂ ਭਰਾਵਾਂ ਦੇ ਆ? ਤੇਰੇ ਅੱਧੇ ਤੇਰੇ, ਅੱਧੇ ਜੱਸੀ ਬਾਈ ਦੇ ਆ। ਠੀਕ। ਤੇਰੇ ਖੇਤ ਦੇ ਵਿੱਚ ਕੋਈ ਬਜਰੀ ਦਾ ਕ੍ਰੈਸ਼ਰ ਵੀ ਲਾਇਆ ਹੋਇਆ ਸੀ? ਹਾਂ ਜੀ ਲਾਇਆ ਹੋਇਆ ਸੀ। ਕਿਹਨੇ ਲਾਇਆ ਸੀ? ਚਾਚੀ ਨੇ ਲਾਇਆ ਸਰ। ਓਕੇ। ਫਿਰ ਉਹ ਚੋਂ ਕੱਢਦੇ ਸੀ ਬਜਰੀ? ਕੱਢੀ ਸੀ। ਕਿੰਨੇ ਡੂੰਘਾ ਟੋਆ ਪੱਟਿਆ ਕਿ ਪਹਾੜੀ ਸੀਗੀ? ਡੂੰਘਾ ਪੱਟਿਆ ਵਾ ਥੱਲੇ ਨੂੰ। ਅਤੇ ਤੈਨੂੰ ਪੈਸੇ ਦਿੱਤੇ ਉਹਦੇ? ਨਾ, ਮੈਨੂੰ ਨਹੀਂ ਦਿੱਤੇ, ਮੈਨੂੰ ਰੋਟੀ ਦਿੰਦੇ ਸੀ। ਸਿਰਫ ਰੋਟੀ ਦਿੰਦੇ ਸੀ? ਤੇ ਤੂੰ ਕਿਹਾ ਨਹੀਂ ਕਰੇ ਮੇਰੇ ਪੈਸੇ ਦਿਓ ਮੈਨੂੰ, ਇੰਨਾ ਤੁਸੀਂ ਕ੍ਰੈਸ਼ਰ ਵੇਚੀ ਜਾਂਦੇ ਹੋ ਕੱਢ ਕੱਢ ਕੇ? ਨਾ ਜੀ। ਚਾਚੇ ਨੂੰ ਕਿਹਾ ਨਹੀਂ? ਲੜਾਈ ਪੈ ਗਈ ਸੀ ਮੇਰੀ। ਕੀ ਹੋ ਗਿਆ ਸੀ? ਘਰਾਂ ਲੜਾਈ ਪੈ ਗਈ ਸੀ। ਕੀ ਕਹਿੰਦੇ? ਹੈਂ? ਜਦੋਂ ਤੂੰ ਪੈਸੇ ਮੰਗੇ ਫਿਰ ਤੈਨੂੰ ਕੀ ਕਹਿੰਦੇ ਹੋ? ਪੈਸੇ ਨਹੀਂ ਦਿੰਦੇ। ਹਾਂ ਫਿਰ ਮੈਨੂੰ ਹਾਤੇ ਵਾਲਾ ਭੇਜ ਦਿੰਦਾ ਮੁੰਡਾ, ਪੈਕੇ ਸ਼ੱਕ ਲਾ ਨੂੰ ਦੇ ਦਿੰਦਾ ਜੀ। ਤੂੰ ਹਾਤੇ 'ਤੇ ਕੰਮ ਕਰਦਾ ਜੀ? ਤੇਰੇ ਖੇਤ ਦੇ ਵਿੱਚ ਕ੍ਰੈਸ਼ਰ ਲੱਗਿਆ ਹੋਇਆ ਸੀ, ਹਰ ਰੋਜ਼ ਉੱਤੋਂ ਲੱਖਾਂ ਦਾ ਕ੍ਰੈਸ਼ਰ ਕੱਢਦੇ ਸੀ, ਅਤੇ ਤੂੰ ਹਾਤੇ 'ਤੇ ਭਾਂਡੇ ਮਾਂਜ ਰਿਹਾ ਸੀ? ਹੈਂ? ਹਾਤੇ 'ਤੇ ਕਿਹਨੇ ਲਵਾਇਆ ਸੀ ਤੈਨੂੰ? ਬਸ ਉੱਥੇ ਦੋਗਲੇ ਪਿੰਡ ਦੇ ਬੰਦੇ ਸੀ। ਠੇਕੇ 'ਤੇ ਕਿਹਨੇ ਲਵਾਇਆ ਸੀ ਤੈਨੂੰ? ਮੇਰੇ ਭਰਾ ਨੇ ਲਵਾਇਆ ਤਾ। ਅੱਛਾ, ਭਰਾ ਨੇ ਲਵਾਇਆ ਸਿਫਾਰਿਸ਼ ਕਰਕੇ। ਹੈਂ? ਅਤੇ ਉਦੋਂ ਜਦੋਂ ਤੂੰ ਠੇਕੇ 'ਤੇ ਲੱਗਿਆ ਹੋਇਆ ਸੀ ਹਾਤੇ 'ਤੇ, ਉਦੋਂ ਤੇਰੇ ਖੇਤ ਦੇ ਵਿੱਚ ਕੰਮ ਚੱਲਦਾ ਸੀ? ਹਾਂਜੀ ਚੱਲਦਾ ਤਾ ਜੀ। ਅਤੇ ਤੂੰ ਜਾਂਦਾ ਨਹੀਂ ਸੀ ਖੇਤ, ਉਹਨਾਂ ਨੂੰ ਰੋਕ ਕੇ ਨਹੀਂ ਸੀ ਆਉਂਦਾ? ਨਾ, ਰੋਕੇ ਨਹੀਂ ਮੈਂ। ਨਾਲ ਤੂੰ ਕਹਿੰਦਾ ਲੜਾਈ ਹੋ ਗਈ ਸੀਗੀ? ਪੈਸੇ ਦਿੰਦੇ ਸੀ ਘਰ ਮੇਰੇ ਭਰਾ ਨੂੰ? ਦਿੰਦੇ ਨਹੀਂ ਸੀ? ਦਿੰਦੇ ਸੀ। ਹਾਂ, ਫਿਰ ਤੂੰ ਕੀ ਕਿਹਾ? ਦਿੰਦੇ ਸੀ ਮੇਰੇ ਭਰਾ ਨੂੰ ਵਾਲੇ। ਹਾਂ, ਅਤੇ ਫਿਰ ਪੈਸੇ ਕਾਹਤੋਂ ਨਹੀਂ ਦਿੰਦੇ ਸੀ? ਪੈਸੇ ਨਹੀਂ ਦੇ ਲੈਂਦੇ। ਕਿਉਂ? ਤੂੰ ਚਾਹੁੰਦਾ ਮੈਂ ਲੈਣੇ? ਨਾ, ਮੈਨੂੰ ਤਾਂ ਨਹੀਂ ਦੇਣੇ। ਹੁਣ ਹੁਣ ਹਾਂਜੀ, ਹੁਣ ਆਪਾਂ ਲਈਏ ਪੈਸੇ ਉਹਨਾਂ ਤੋਂ? ਕਿੱਥੇ ਦੇਣੇ ਹੋਣੇ? ਦੇਣੇ ਨਹੀਂ। ਕੋਈ ਤੇਰੇ ਤੋਂ ਲਿਖਾ ਪੜ੍ਹੀ ਵੀ ਕਰਾਈ ਸੀ ਉਹਨਾਂ ਨੇ? ਹਾਂਜੀ ਕਰਾਈ। ਕਾਹਦੇ 'ਤੇ? ਕਚਹਿਰੀਆਂ 'ਚ ਲਿਜਾ ਕੇ? ਹਾਂਜੀ ਹਾਂਜੀ, ਕਚਹਿਰੀਆਂ 'ਚ, ਰੋਪੜ। ਰੋਪੜ ਕਚਹਿਰੀਆਂ 'ਚ ਲਿਜਾ ਕੇ? ਹੈਂ? ਅਤੇ ਕੀ ਲਿਖਾਇਆ ਸੀ ਤੈਨੂੰ ਪਤਾ ਕੁਛ?
ਕੀ ਲਿਖਾਇਆ ਸੀ ਉਹਨਾਂ ਨੇ ਸਹਿਣ ਕਰਾਏ ਨਾਲ ਕੌਣ ਗਿਆ ਜੱਸੀ ਗਿਆ ਨਾਲ ਕਿ ਨਹੀਂ ਗਿਆ ਸੀ ਤੈਨੂੰ ਪਤਾ ਨੀ ਚਾਚੇ ਨਾਲ ਚਾਚਾ ਸੀ ਹੋਰ ਕੌਣ ਸੀ ਭਰਾ ਸੀ ਮੇਰਾ ਕੌਣ ਮੇਰਾ ਭਰਾ ਕੀ ਨਾਮ ਉਹਦਾ ਜੱਸੀ ਅੱਛਾ ਉਹ ਵੀ ਨਾਲ ਸੀ ਨਾਲ ਸੀ ਉਹਨੇ ਵੀ ਸਹਿਣ ਕਰਾਏ ਹਾਂ ਉਹਦੇ ਵੀ ਕਰਾਏ ਆ ਠੀਕ ਆ ਤੇ ਪੈਸੇ ਫਿਰ ਕਿਹਨੇ ਫੜੇ ਚਾਚੇ ਨੇ ਬੜਾ ਨਹੀਂ ਫੜੇ ਤੇ ਕਿਹਨੇ ਚਾਚੇ ਨੇ ਨਹੀਂ ਫੜੇ ਸੀ ਅੱਛਾ ਚਾਚੇ ਨੇ ਕਿਹਦੇ ਪੈਸੇ ਫੜੇ ਚਾਚੇ ਨੇ ਤਾਂ ਪੈਸੇ ਦਿੱਤੇ ਹੋਣੇ ਆ ਨਾ ਚਾਚੇ ਨੇ ਪੈਸੇ ਦਿੱਤੇ ਸੀ ਹਾਂਜੀ ਦਿੱਤੇ ਦੇ ਕਿਹਨੂੰ ਚਾਚੇ ਤਾਂ ਉਹਨੂੰ ਦਿੱਤੇ ਦੇ ਕਿਹਨੇ ਦਿੱਤੇ ਸੀ ਪੈਸੇ ਪੈਸੇ ਪਤਾ ਨਹੀਂ ਕਿਹਨੇ ਦਿੱਤੇ ਦੇ ਜਿਹੜੀ ਤੁਹਾਡੇ ਖੇਤ ਚੋਂ ਬਜਰੀ ਕੱਢਦੇ ਸੀਗੇ ਉਹਦੇ ਪੈਸੇ ਦਿੰਦੇ ਸੀ ਤੁਹਾਨੂੰ ਕਿਸੇ ਨੇ ਹੋਰ ਨੇ ਲਿੱਤਾ ਬਸ ਅੱਛਾ ਤੇ ਦਵਾਇਆ ਕਿਹਨੇ ਸੀ ਚਾਚੇ ਨੇ ਜਦੋਂ ਕਾਲੂ ਕ੍ਰੈਸ਼ਰ ਲੱਗਿਆ ਸੀ ਤੇਰੇ ਖੇਤ ਦੇ ਵਿੱਚ ਉਦੋਂ ਮੰਮੀ ਜਿਉਂਦੀ ਸੀ ਤੇਰੀ ਨਾ ਉਦੋਂ ਮੰਮੀ ਹੈ ਨਹੀਂ ਸੀ ਤੇ ਜੱਸੀ ਦੇ ਖੇਤ 'ਚ ਵੀ ਲਾਇਆ ਸੀ ਉਹਨਾਂ ਨੇ ਹਾਂਜੀ ਹਾਂਜੀ ਜੱਸੀ ਦੇ ਜ਼ਮੀਨ ਅੱਛਾ ਸਾਂਝੀ ਜ਼ਮੀਨ ਦੇ ਵਿੱਚ ਹੀ ਲਾਇਆ ਸੀ ਤੇ ਤੇਰੇ ਵੀ ਸਹਿਣ ਕਰਾਏ ਸੀ ਕਿ ਜੱਸੀ ਦੇ ਵੀ ਕਰਾਏ ਸੀ ਹਾਂਜੀ ਜੱਸੀ ਦੇ ਵੀ ਕਰਾਏ ਸੀ ਉਹਨੂੰ ਪੈਸੇ ਦੇਈ ਜਾਂਦੇ ਸੀ ਉਹਨੂੰ ਦੇਈ ਜਾਂਦੇ ਸੀ ਦੁਕਾਨ ਦਾ ਖਰਚਾ ਪਾਣੀ ਘਰ ਚਲਾਉਣਾ ਹੁੰਦਾ ਦਿੰਦੇ ਸੀ ਪੈਸੇ ਦੇਖੋ ਕਰੋੜਾਂ ਦਾ ਕਾਰਜ ਹੈ ਨਾ ਇਹ ਠੀਕ ਨਹੀਂ ਸੀਗਾ ਦਿਮਾਗੀ ਅਤੇ ਇਹਨੂੰ ਉਵੇਂ ਹੀ ਮੈਂਟਲੀ ਅਪਸੈਟ ਹੋਣ ਦੇ ਬਾਵਜੂਦ ਵੀ ਘਰੋਂ ਸੰਗਲ ਨਾਲ ਬੰਨੇ ਹੋਣ ਦੇ ਬਾਵਜੂਦ ਵੀ ਖੋਲ੍ਹ ਕੇ ਨਮਾ ਧਵਾ ਕੇ ਹੱਥ ਲਿਜਾ ਕੇ ਕਚਹਿਰੀਆਂ 'ਚ ਕਿਤੋਂ ਪਤਾ ਨਹੀਂ ਕਾਹਦੇ 'ਤੇ ਸਾਈਨ ਕਰਾਏ ਕੀ ਕਰਾਇਆ ਕਿਉਂਕਿ ਸਾਡੀ ਸੁਸਾਇਟੀ ਦਾ ਸਾਡੀ ਸੰਸਥਾ ਦਾ ਸਭ ਤੋਂ ਪਹਿਲਾਂ ਮੋਟੇ ਵਾ ਵੀ ਅਸੀਂ ਕਿਸੇ ਵੀ ਬੰਦੇ ਨੂੰ ਜਦੋਂ ਲੈ ਕੇ ਆਉਂਦੇ ਹਾਂ ਸਾਡਾ ਇੱਕ ਅਸੂਲ ਆ ਵੀ ਅਸੀਂ ਉਹਨਾਂ ਦੀ ਪ੍ਰੋਪਰਟੀ ਨਹੀਂ ਕਲੇਮ ਕਰਦੇ ਕਿਸੇ ਦੀ ਵੀ ਅਚਲ ਅਤੇ ਚੱਲ ਜਾਇਦਾਦ ਦੇ ਉੱਤੇ ਅਸੀਂ ਆਪਣਾ ਹੱਕ ਨਹੀਂ ਜਿਤਾਉਂਦੇ ਤਾਂ ਉਸ ਚੱਕਰ ਦੇ ਵਿੱਚ ਜਦੋਂ ਅਸੀਂ ਕਾਲੂ ਵੀਰੇ ਨੂੰ ਲੈ ਕੇ ਆਏ ਸੀ ਅਤੇ ਅਸੀਂ ਉਦੋਂ ਵੀ ਇਹੀ ਕਹਿ ਕੇ ਆਏ ਸੀ ਉਹਨਾਂ ਦੇ ਪਰਿਵਾਰ ਨੂੰ ਵੀ ਅਸੀਂ ਪ੍ਰੋਪਰਟੀ ਨਹੀਂ ਕਲੇਮ ਕਰਦੇ ਕਿਉਂਕਿ ਨਹੀਂ ਤਾਂ ਪਰਿਵਾਰ ਨੂੰ ਐਂ ਹੁੰਦਾ ਵੀ ਖਾਨੀ ਇਹ ਜ਼ਮੀਨ ਦੇ ਮਾਰੇ ਆ ਗਏ ਹੈ ਨਾ ਤਾਂ ਫਿਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਅਸੀਂ ਕੋਈ ਪ੍ਰੋਪਰਟੀ ਕਲੇਮ ਨਹੀਂ ਕਰਦੇ ਤਾਂ ਫਿਰ ਉਹ ਸਾਡੇ ਨਾਲ ਸਹਿਮਤ ਹੋ ਜਾਂਦੇ ਵੀ ਚਲੋ ਫਿਰ ਤਾਂ ਲੈ ਜਾਓ ਕੋਈ ਗੱਲ ਨਹੀਂ ਜੇ ਤੁਹਾਨੂੰ ਪ੍ਰੋਪਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਪਰ ਇੱਥੇ ਇਹ ਮਸਲਾ ਵੀ ਜੇ ਅਸੀਂ ਪ੍ਰੋਪਰਟੀ ਲੈਂਦੇ ਨਹੀਂ ਪਰ ਉਹਦੀ ਉਸ ਬੰਦੇ ਦੀ ਪ੍ਰੋਪਰਟੀ ਕੋਈ ਹੋਰ ਉਤੋਂ ਖੋਹ ਲਵੇ ਸਾਡੇ ਕੋਲ ਹੁੰਦਿਆਂ ਇਹ ਵੀ ਸਾਡੇ ਵਾਸਤੇ ਜ਼ਿੰਮੇਵਾਰੀ ਬਣਦੀ ਆ ਅਸੀਂ ਉੱਥੇ ਸਾਥ ਦੇਈਏ ਹੈ ਨਾ ਸਾਡਾ ਅੱਜ ਇਸ ਵੀਡੀਓ ਰਾਹੀਂ ਇੱਕ ਮੈਸੇਜ ਵੀ ਆ ਸਰਸਾ ਨੰਗਲ ਪਿੰਡ ਆ ਰੋਪੜ ਡਿਸਟ੍ਰਿਕਟ ਆ ਗੁਰਪਾਲ ਸਿੰਘ ਕਾਲੂ ਵੀਰੇ ਦਾ ਨਾਮ ਆ ਇਹਦੇ ਫਾਦਰ ਸਾਹਿਬ ਅੱਜ ਇਸ ਦੁਨੀਆ 'ਤੇ ਹੈ ਨਹੀਂ ਮਦਰ ਵੀ ਹੈ ਨਹੀਂ ਭਰਾ ਵਿਆਹਿਆ ਹੋਇਆ ਅੱਡ ਬੈੱਡ ਆ ਉਹਨੇ ਇਹਨੂੰ ਬੰਨਿਆ ਹੋਇਆ ਸੀ ਸੰਗਲ ਨਾਲ ਅਤੇ ਇਹਦੀ ਜ਼ਮੀਨ 'ਚੋਂ ਕਰੋੜਾਂ ਦਾ ਕ੍ਰੈਸ਼ਰ ਕੱਢ ਕੇ ਭਰਾ ਨੇ ਅਤੇ ਤਾਏ ਨੇ ਚਾਚਿਆਂ ਨੇ ਰਲ ਕੇ ਵੇਚ ਦਿੱਤਾ ਅਤੇ ਹੁਣ ਬੇਨਤੀ ਹੈ ਜੇ ਕੋਈ ਉੱਥੇ ਭਰਾ ਸਾਡੇ ਉਸ ਪਿੰਡ ਦਾ ਕੋਈ ਸਰਪੰਚ ਜਾਂ ਕੋਈ ਹੋਰ ਨੁਮਾਇੰਦਾ ਸਾਡੇ ਨਾਲ ਇਸ ਵੀਡੀਓ ਰਾਹੀਂ ਦੇਖ ਕੇ ਸੰਪਰਕ ਕਰੇ ਤਾਂ ਕਾਲੂ ਵੀਰ ਨੂੰ ਅਸੀਂ ਚਾਹੁੰਦੇ ਹਾਂ ਦੁਬਾਰਾ ਤੋਂ ਇਹ ਜ਼ਿੰਦਗੀ ਸਟਾਰਟ ਕਰ ਸਕੇ ਇਹਦੀ ਵਿਆਹ ਸ਼ਾਦੀ ਹੋ ਜਾਵੇ ਇਹਦਾ ਘਰ ਬਾਰ ਵੱਸ ਸਕੇ ਵੀ ਜੇ ਸਾਡਾ ਨਗਰ ਸਾਥ ਦੇਵੇ ਤਾਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਗੁਰਪਾਲ ਸਿੰਘ ਕਾਲੂ ਬਾਈ ਸਾਡਾ ਜ਼ਿੰਦਗੀ ਦਾ ਅਗਲਾ ਸਫ਼ਰ ਆਪਣੇ ਜੀਵਨ ਸਾਥੀ ਨਾਲ ਤੈਅ ਕਰ ਸਕੇ ਠੀਕ ਹੈ ਕਾਲੂ ਵੀਰੇ ਖੁਸ਼ ਹਾਂ ਕਰੀਏ ਕੰਮ ਹੈ ਨਾ ਉੱਥੇ ਘਰ ਬਾਰ ਬਣ ਜਾਵੇ ਬਾਈ ਦਾ ਸਾਡੇ ਦਾ ਹੈ ਨਾ ਵਿਆਹ ਸ਼ਾਦੀ ਹੋ ਜਾਵੇ ਜ਼ਮੀਨ ਹੈਗੀ ਹੈ ਚੱਲ ਤੂੰ ਆਪਦੀ ਰੋਟੀ ਕਮਾ ਸਕਦਾ ਖੇਤੀ ਕਰ